ਦੇ ਮਾਲਕ ਦਸਾਂ ਪਾਤਸ਼ਾਹੀਆਂ ਦੇ ਪ੍ਰਕਾਸ਼ ਸਰੂਪ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਸਜੇ ਹੋਏ ਪਾਵਨ ਦਰਬਾਰ ਵਿੱਚ ਪਹੁੰਚੇ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਹੋ ਆਪ ਜੀ ਅਤਿ ਭਾਗਸ਼ਾਲੀ ਹੋ ਜੋ ਅੱਜ ਦੇ ਵਿਸ਼ੇਸ਼ ਸਮਾਗਮ ਵਿੱਚ ਪਹੁੰਚ ਕੇ ਸਤਿਗੁਰੂ ਜੀ ਦੇ ਘਰ ਤੋਂ ਦਰੋਂ ਘਰੋਂ ਵਰਸਾਏ ਹੋਏ ਜਿਨ੍ਹਾਂ ਨੇ ਗੁਰੂ ਸ਼ਬਦ ਦੀ ਅਟੁੱਟ ਕਮਾਈ ਕੀਤੀ ਅਭੇਦ ਪੁਰਸ਼ ਤੱਤ ਬੇਤੇ ਬ੍ਰਹਮ ਗਿਆਨੀ ਸੰਤ ਬਾਬਾ ਈਸ਼ਰ ਸਿੰਘ ਜੀ ਤਿਨ੍ਹਾਂ ਦੀ ਬਰਸੀ ਦੇ ਸੰਬੰਧ ਵਿੱਚ ਸਜੇ ਹੋਏ ਦੀਵਾਨਾਂ ਵਿੱਚ ਪਹੁੰਚ ਕੇ ਆਪ ਜੀ ਜਿੱਥੇ ਗੁਰਬਾਣੀ ਕੀਰਤਨ ਵਿਚਾਰਾਂ ਸਰਵਣ ਕਰ ਰਹੇ ਹੋ ਉੱਥੇ ਕਈ ਰੱਬ ਰੰਗੀਆਂ ਰੂਹਾਂ ਦੇ ਦੀਦਾਰ ਕਰਕੇ ਆਪਣਾ ਜੀਵਨ ਸਫਲ ਕਰ ਰਹੇ ਹੋ ਆਓ ਕੁਝ ਸਮਾਂ ਗੁਰੂ ਸ਼ਬਦਾਂ ਨਾਲ ਸਾਂਝ ਪਾਈਏ ਗੁਰੂ ਚਰਨਾਂ ਨਾਲ ਜੁੜੀਏ ਇੱਕ ਵਾਰੀ ਸਾਰੇ ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਨੇ ਜਿੱਥੇ ਸ਼ਬਦ ਦੀ ਗੱਲ ਕੀਤੀ ਹੈ ਉੱਥੇ ਸ਼ਬਦ ਦੀ ਕਮਾਈ ਕਰਨ ਵਾਲਿਆਂ ਦੀ ਵੀ ਗੁਰਬਾਣੀ ਦੇ ਵਿੱਚ ਵਾਰ ਵਾਰ ਗੱਲ ਆਈ ਕਿਉਂਕਿ ਇਹ ਜਿਹੜਾ ਰੱਬ ਦਾ ਰਾਹ ਹੈ ਇਹ ਕੋਈ ਸੰਸਾਰਿਕ ਸੜਕ ਨਹੀਂ ਕਿ ਜਿਹਦਾ ਕੋਈ ਨਕਸ਼ਾ ਬਣਾ ਕੇ ਸਾਨੂੰ ਸਮਝਾ ਦੇ ਵੀ ਨੇ ਨਾ ਤੁਸੀਂ ਕਮਾਈ ਵਾਲੇ ਸਰੀਰ ਬੈਠੇ ਵਿੱਚ ਨਿਰਗੁਣ ਅਤੇ ਸਰਗੁਣ ਪਰਮਾਤਮਾ ਨਿਰਗੁਣ ਹੈ ਇੱਕ ਕਹਾਵਤ ਹੀ ਹੈ ਨਾ ਵੀ ਹੈ ਰੱਬ ਸਭ ਥਾਵਾਂ 'ਤੇ ਇਹ ਨਿਰਗੁਣ ਰੂਪ ਹੈ ਇਹ ਸਿਰਫ ਗੱਲਬਾਤ ਵਿੱਚ ਆਉਂਦਾ ਸੰਸਾਰੀਆਂ ਦੇ ਅਸੀਂ ਭਰੋਸਾ ਕਰ ਲੈਂਦੇ ਹਾਂ ਬੇਨਤੀ ਕਰਾਂ ਭਰੋਸਾ ਉਹਨਾਂ ਚਿਰ ਬੜਾ ਖਤਰਨਾਕ ਹੈ ਜਿੰਨਾ ਚਿਰ ਬੰਦਾ ਉਹਨੂੰ ਵਹਿੰਦਾ ਨਹੀਂ ਕਿਉਂਕਿ ਬੰਦਾ ਭਰੋਸੇ ਨਾਲ ਹੀ ਸਾਰ ਦਿੰਦਾ ਵੀ ਹੈ ਸਭ ਥਾਵਾਂ ਉਹਨੂੰ ਵੇਖਣ ਦਾ ਰਾਹ ਸਤਿਗੁਰੂ ਨੇ ਸੌਖਾ ਦੱਸ ਦਿੱਤਾ ਹੈ ਉਹ ਕਹਿੰਦੇ ਨੇ ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕਹਿ ਪਾਸ ਉਹਦਾ ਘਰ ਉਹਨਾਂ ਦੇ ਪਾਸ ਦਾ ਮਤਲਬ ਜੇ ਪੰਜਾਬੀ ਅੰਗਰੇਜ਼ੀ ਵਿੱਚ ਕਹੋ ਤਾਂ ਪਾਸ ਦਾ ਮਤਲਬ ਇਹ ਮੁੰਡਾ ਪਾਸ ਹੋ ਗਿਆ ਦਸਵੀਂ ਵਿੱਚੋਂ ਪੰਜਾਬੀ ਵਿੱਚ ਕਹੋ ਅਤੇ ਹਿੰਦੀ ਵਿੱਚ ਕਹੋ ਅਤੇ ਉਹਨੂੰ ਕਹਿੰਦੇ ਪਾਸ ਪੰਜਾਬੀ 'ਚ ਠੇਠ ਪੰਜਾਬੀ ਵਿੱਚ ਕਹੋ ਅਤੇ ਕੋਲ ਆਪਾਂ ਕਹਿੰਦੇ ਹਾਂ ਫਲਾਣੇ ਦਾ ਘਰ ਉਸ ਪੈਟਰੋਲ ਪੰਪ ਦੇ ਕੋਲ ਹੈ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਕਹਿਣ ਲੱਗੇ ਰੱਬ ਦਾ ਘਰ ਜਿਹੜਾ ਨਾ ਕੰਤ ਤਿਨਾ ਕਹਿ ਪਾਸ
ਜਿੱਥੇ ਉਹ ਹੋਣਗੇ ਉੱਥੇ ਉਹ ਜ਼ਰੂਰ ਹੋਵੇਗਾ ਨਾਲ, ਹੋਰ ਕਿਤੋਂ ਤੈਨੂੰ ਮਿਲਣਾ ਨਹੀਂ। ਪਰ ਗੱਲ ਥੋੜ੍ਹੀ ਜਿਹੀ ਔਖੀ, ਜਿਨ ਕੇ ਚੋਲੇ ਰੱਤੜੇ ਪਿਆਰੇ। ਹੁਣ ਵੇਖੋ, ਇਹ ਇਕੱਲੀ ਗੱਲ ਕੱਪੜਿਆਂ ਦੀ ਨਹੀਂ, ਇਹ ਸ਼ਰਤ ਪਹਿਲਾਂ ਕੰਡੀਸ਼ਨ ਲਾਈ, ਵਡਿਆਈ ਬਾਅਦ ਵਿੱਚ ਦਿੱਤੀ ਹੈ। ਕਈ ਵਾਰੀ ਕੀ ਹੁੰਦਾ, ਵਡਿਆਈ ਬੰਦੇ ਦਾ ਮਾਣ ਹੈ, ਵਡਿਆਈ ਆਪਣੇ ਨਾਲ ਜੋੜ ਲੈਂਦਾ, ਪਰ ਪਹਿਲਾਂ ਕੰਡੀਸ਼ਨ ਪਾਰ ਕੌਣ ਕਰੇਗਾ। ਜਿਨ ਕੇ ਚੋਲੇ ਰੱਤੜੇ ਪਿਆਰੇ, ਉਹਦੇ ਤੋਂ ਪਹਿਲਾਂ ਸਾਡਾ ਵੀ ਜੀਵਨ ਦੱਸਿਆ ਮਹਾਰਾਜ ਨੇ, ਇਹ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਘਾਏ, ਮੇਰੇ ਕੰਤ ਨਾ ਭਾਵੇ, ਚੋਦੜਾ ਪਿਆਰੇ ਕਿਉਂ ਧਨ ਸੇਜਿਆ ਜਾਏ। ਕਹਿੰਦੇ ਤੇਰਾ ਜੀਵਨ ਤੇ ਸੰਸਾਰਕ ਲੋਭ ਨਾਲ ਭਰਿਆ ਪਿਆ ਹੈ, ਰੱਬ ਦਾ ਘਰ ਕਿਵੇਂ ਜਾਏਗਾ। ਬਾਬਾ ਫਰੀਦ ਸਾਹਿਬ ਨੇ ਬਚਨ ਕੀਤੇ ਨੇ, ਉਹ ਕਹਿੰਦੇ ਨੇ ਕਿ ਮੈਂ ਸਿਰ 'ਤੇ ਪੰਡ ਚੁੱਕ ਲਈ ਸੰਸਾਰ ਵਾਲੀ, ਉਹ ਪੰਡ ਮੈਂ ਛੱਡੀ ਨਹੀਂ, ਚੱਲਾਂ ਦੁਨੀਆ ਭੱਤ, ਮੈਂ ਜਿਹੜਾ ਮੈਂ ਚੱਲਣਾ ਉਹ ਕੰਮ ਦੁਨੀਆ ਵਾਲੇ ਨੇ। ਬੰਨ ਉਠਾਈ ਪੋਟਲੀ ਕਿੱਥੇ ਵੰਜਾਂ ਘੱਤ, ਜਿਹੜੀ ਪੰਡ ਅੰਦਰ ਬੰਨੀ ਪਈ ਉਹ ਪੰਡ 'ਤੇ ਛੱਡਣੀ ਨਹੀਂ, ਅਤੇ ਦਰ ਕਿਵੇਂ ਖੁੱਲ੍ਹੇ। ਇਸ ਕਰਕੇ ਇਹ ਉਹਨਾਂ ਦਾ ਯਾਦ ਵਿੱਚ ਤੁਸੀਂ ਬੈਠੇ ਹੋ ਜਿਨ੍ਹਾਂ ਨੇ ਸਾਧ ਸੰਗਤ ਜੀ ਪਰਤ ਕੇ ਇਹ ਨਹੀਂ ਸੀ ਸੋਚਿਆ ਵੀ ਜਿਉਵਾਂਗੇ ਕਿ ਸਰੀਰ ਚਲਾ ਜਾਏ ਅਤੇ ਚਲਾ ਜਾਏ। ਮੈਂ ਉਹਨਾਂ ਦਾ ਇੱਕ ਲੇਖ ਪੜ੍ਹਿਆ ਵੀ ਇਸ ਥਾਂ 'ਤੇ ਕਮਾਈ ਕਰਦਿਆਂ ਕਰਦਿਆਂ ਪਰਵਾਹ ਹੀ ਨਹੀਂ ਕੀਤੀ ਸਰੀਰ ਹੈ ਕਿੱਥੇ ਪਿਆ ਹੈ। ਇਹ ਠੀਕ ਹੈ, ਉਹਨਾਂ ਦੀ ਰੀਸ ਨਾ ਕਰ ਲੈਣਾ, ਉਹ ਕਪੈਸਿਟੀ ਬੜੀ ਜ਼ਿਆਦਾ ਹੁੰਦੀ ਹੈ, ਕਈ ਵਾਰੀ ਅਸੀਂ ਕਰ ਲੈਂਦੇ ਹਾਂ। ਉਹਨਾਂ ਦੀ ਯਾਦ ਵਿੱਚ ਜੁੜਿਆ ਸ਼ਬਦ ਦੀ ਜਿੰਨਾ ਕਮਾਈ ਕੀਤੀ ਹੈ। ਅਸੀਂ ਕਈ ਵਾਰੀ ਰੀਸ ਕਰਦੇ ਹਾਂ, ਮੈਂ ਪੜ੍ਹਿਆ ਵੀ ਇੰਨੀ ਕਮਾਈ ਕੀਤੀ, ਅਟੁੱਟ ਕਮਾਈ ਸ਼ੁਰੂ ਤੋਂ ਹੀ ਕਰਦੇ ਰਹੇ ਨੇ। ਪਹਿਲਾਂ ਪਟਿਆਲੇ ਪੜ੍ਹਦੇ ਸੀ, ਪਹਿਲਾਂ ਪਟਿਆਲੇ ਪੜ੍ਹਦੇ, ਉੱਥੇ ਦੁੱਖ ਨਿਵਾਰਨ ਸਾਹਿਬ ਦੀ ਪਰਿਕਰਮਾ ਦੇ ਵਿੱਚ ਉਹਨਾਂ ਕਿਸੇ ਨੂੰ ਦੱਸਿਆ ਵੀ ਅਸੀਂ ਸਕੂਲ ਜਾਣ ਤੋਂ ਪਹਿਲਾਂ ਪਤਾ ਨਹੀਂ ਚੌਂਕੜਾ ਲਾ ਕੇ ਸਵੇਰੇ ਕਿੰਨਾ ਕਿੰਨਾ ਚਿਰ ਸ਼ਬਦ ਵਿੱਚ ਸੁਰਤੀ ਜੁੜੀ ਰਹਿਣੀ, ਪਤਾ ਹੀ ਨਹੀਂ ਲੱਗਦਾ ਦਿਨ ਕਦੋਂ ਚੜ੍ਹ ਗਿਆ। ਫਿਰ ਸਕੂਲ ਜਾਣਾ, ਉਦੋਂ ਵੀ ਰੰਗ ਲੱਗਾ ਹੋਇਆ ਸੀ ਸ਼ੁਰੂ ਤੋਂ, ਪੁਰਾਣਾ ਜਿਵੇਂ ਗੱਲ ਸ਼ੁਰੂ ਤੋਂ ਹੁੰਦੀ। ਅਤੇ ਫਿਰ ਅੱਗੇ ਸੰਗਤ ਕਰਦੇ ਗਏ, ਸੰਗਤ ਕਰਦੇ ਗਏ, ਮਹਾਂਪੁਰਸ਼ ਬਾਬਾ ਅਤਰ ਸਿੰਘ ਜੀ ਰੇੜੂ ਸਾਹਿਬ ਵਾਲੇ, ਅਤੇ ਜਿਵੇਂ ਸੁਣਾਇਆ ਜਾਂਦਾ ਹੈ ਕਿ ਇਹ ਸੰਪਰਦਾ ਪਿਆਰੇ ਭਾਈ ਦਇਆ ਸਿੰਘ ਜੀ ਤੋਂ ਚੱਲੀ ਹੈ। ਅੱਜ ਸੰਪਰਦਾ ਦੇ ਉੱਤੇ ਬੜਾ ਜ਼ੋਰ ਲੱਗ ਰਿਹਾ ਵੀ ਸੰਪਰਦਾ ਹੁੰਦੀਆਂ ਨਹੀਂ, ਸੰਪਰਦਾ ਨਹੀਂ ਹੁੰਦੀਆਂ। ਕਦੀ ਇਹ ਧਿਆਨ ਦੇਣਾ, ਸੰਪਰਦਾ ਜਿਹੜੀਆਂ ਨੇ ਗੁਰੂ ਸਾਹਿਬ ਨੇ ਆਪ ਬਣਾਈਆਂ ਸਨ, ਵੱਖਰੇ ਵੱਖਰੇ ਸੁਭਾਅ ਦੀਆਂ ਬਣਾਈਆਂ ਸਨ, ਕਿਉਂਕਿ ਸਤਿਗੁਰੂ ਨੂੰ ਪਤਾ ਸੀ ਕਿ ਜਿੱਤ ਦੁਆਰੇ ਉਭਰੈ ਤਿੱਤਾਂ ਲਿਓ ਸੁਭਾਅ ਉਬਾਰ। ਜਿੰਨੀ ਤਰ੍ਹਾਂ ਦੇ ਸੰਸਾਰ ਦੇ ਲੋਕਾਂ ਦੇ ਸੁਭਾਅ ਨੇ, ਮੈਂ ਓਨੇ ਤਰ੍ਹਾਂ ਦੀਆਂ ਸੰਪਰਦਾ ਬਣਾਉਣੀਆਂ ਨੇ, ਆਉਣਾ ਤਾਂ ਆਖਰ ਸ਼ਬਦ ਦੇ ਕੋਲ ਹੀ ਹੈ। ਹਾਂ, ਇਹ ਗੱਲ ਪੱਕੀ ਹੈ, ਸੰਪਰਦਾਵਾਂ ਸ਼ਬਦ ਦੇ ਕੋਲ ਲੈ ਕੇ ਆਉਣ, ਗੁਰੂ ਗ੍ਰੰਥ ਸਾਹਿਬ ਦੇ ਕੋਲ ਲੈ ਕੇ ਆਉਣ, ਬੜਾ ਜ਼ਰੂਰੀ ਹੈ। ਇਹ ਸਾਨੂੰ ਬੜਾ ਸੁਚੇਤ ਹੋਣ ਦੀ ਲੋੜ ਹੈ। ਇਹ ਸਾਰੀਆਂ ਸੰਪਰਦਾਵਾਂ ਨੇ, ਉਦਾਸੀ ਨੇ, ਨਿਰਮਲੇ ਨੇ, ਇਹ ਸੰਪਰਦਾ ਭਾਈ ਪਿਆਰੇ ਪਿਆਰੇ ਭਾਈ ਦਇਆ ਸਿੰਘ ਜੀ ਤੋਂ ਚੱਲੀ ਹੈ। ਹੋਰ ਸਾਡੀਆਂ ਟਕਸਾਲਾਂ ਨੇ ਕਿੰਨੇ, ਇੱਕ ਨਹੀਂ ਗਿਣੀਆਂ ਨਹੀਂ ਜਾ ਸਕਦੀਆਂ। ਮਹਾਰਾਜ ਨੇ ਆਪਣੀ ਸਰੀਰਕ ਹਯਾਤੀ ਦੇ ਵਿੱਚ ਵੀ ਸੰਪਰਦਾਵਾਂ ਬਣਾਈਆਂ, ਉਹਨਾਂ ਦੀ ਉਦੋਂ ਵੀ ਲੋੜ ਪੈ ਗਈ ਸੀ ਸਤਿਗੁਰੂ ਦੇ ਹੁੰਦਿਆਂ ਵੀ। ਛੋਟੇ ਛੋਟੇ ਸੁਭਾਅ ਦੇ ਮੁਤਾਬਕ ਬਖਸ਼ਾਂ ਕਰ ਦਿੱਤੀਆਂ ਵੀ ਤੂੰ ਇਸ ਇਲਾਕੇ ਵਿੱਚ ਕੰਮ ਕਰਨਾ, ਕੱਪੜੇ ਭਾਵੇਂ ਕਿਵੇਂ ਦੇ ਹੋਣਗੇ। ਜਦੋਂ ਸਾਡੀ ਮੱਤ ਛੋਟੀ ਹੁੰਦੀ ਹੈ ਨਾ, ਉਦੋਂ ਅਸੀਂ ਕਹਿੰਦੇ ਹਾਂ ਵੰਡ ਦਿੱਤਾ ਸਿੱਖੀ ਨੂੰ, ਕੱਪੜਿਆਂ ਨਾਲ ਨਹੀਂ ਸਿੱਖੀ ਵੰਡੀ ਜਾਂਦੀ। ਸਿੱਖੀ ਉਦਣ ਵੰਡੀ ਜਾਂਦੀ ਜਿੱਦਣ ਸਿੱਖੀ ਦੀ ਸੋਚ ਵੰਡੀ ਜਾਏ, ਜਿੱਦਣ ਇਹ ਸੋਚ ਬਦਲ ਗਈ ਮੈਂ ਗੁਰੂ ਗ੍ਰੰਥ ਸਾਹਿਬ ਤੋਂ ਵੱਖਰੀ ਸੋਚ ਬਣਾਉਣੀ ਹੈ, ਉਦਣ ਵੰਡੀ ਜਾਏਗੀ। ਵਸਤਰਾਂ ਨਾਲ ਸਿੱਖੀ ਨਹੀਂ ਵੰਡੀ ਜਾਂਦੀ, ਇਹ ਤਾਂ ਰੱਬ ਦਾ ਨਿਯਮ ਹੈ। ਰੱਬ ਕਦੀ ਇੱਕ ਥਾਂ 'ਤੇ ਇਕੱਠੇ ਫੁੱਲ ਗੁਲਾਬ ਦੇ ਨਹੀਂ ਉਗਾਉਂਦਾ, ਕਿੱਕਰ ਵੀ ਉੱਥੇ ਪੈਦਾ ਕਰਦਾ, ਗੁਲਾਬ ਦਾ ਫੁੱਲ ਵੀ, ਅਮਰੂਦ ਵੀ, ਅਮਰੂਦ ਵੀ ਪੈਦਾ ਕਰਦਾ, ਸੇਬ ਵੀ, ਅਤੇ ਕੁਦਰਤ ਵੱਖਰਾ ਵੱਖਰਾ ਪੈਦਾ ਕਰਦੀ। ਤਾਂ ਉਹਨਾਂ ਨੇ ਕਮਾਈ ਕੀਤੀ ਜਿਹੜੀ ਅਟੁੱਟ ਕਮਾਈ ਕੀਤੀ ਗੁਰੂ ਸ਼ਬਦ ਦੀ, ਅਤੇ ਕਮਾਈ ਕਰਦਿਆਂ ਕਰਦਿਆਂ ਇਸ ਥਾਂ 'ਤੇ ਆ ਕੇ ਬੈਠ ਗਏ। ਅਤੇ ਫਿਰ ਜਦੋਂ ਰੰਗ ਲੱਗਾ
ਫਿਰ ਦਿਨ ਰਾਤ ਇੰਨੇ ਜੁੜੇ ਵੀ ਸਰੀਰ ਦੀ ਪਰਵਾਹ ਹੀ ਨਹੀਂ ਕੀਤੀ ਖਾਣ ਪੀਣ ਦੀ। ਅਤੇ ਫਿਰ ਕਿਤੇ ਜਾ ਕੇ ਕਿਸੇ ਨੇ ਸੋਚਿਆ ਵੀ ਚਲੋ ਥੋੜ੍ਹਾ ਜਿਹਾ ਚੈੱਕ ਕਰਾਉਣਾ ਚਾਹੀਦਾ, ਦਿੱਲੀ ਕਿਸੇ ਡਾਕਟਰ ਨੂੰ ਚੈੱਕ ਕਰਾਇਆ, ਉਹ ਕਹਿੰਦਾ ਤੁਸੀਂ ਤੁਰੇ ਕਿਵੇਂ ਫਿਰਦੇ ਹੋ, ਕਿਉਂ ਦਿਮਾਗ ਨਾਲ ਇੰਨਾ ਕੰਮ ਉੱਤੇ ਸਿਰ 'ਚੋਂ ਲਿਆ ਗਿਆ ਹੈ ਕਿ ਉਹਦੇ ਰਸ ਸੁੱਕ ਗਏ ਨੇ ਅੰਦਰੋਂ, ਪਰ ਉਹ ਅੰਦਰ ਸਰੀਰ ਦੇ ਤਾਕਤ ਸੀ ਸਾਧ ਸੰਗਤ ਜੀ। ਕਿਉਂਕਿ ਦੋ ਤਰ੍ਹਾਂ ਦੀਆਂ ਕਲਾਸਾਂ ਨੇ, ਇੱਕ ਹੁੰਦਾ ਹੈ, ਮੇਰੇ ਤੋਂ ਪਹਿਲਾਂ ਭਾਈ ਸਾਹਿਬ ਜੀ ਨੇ ਸ਼ਬਦ ਥੋੜ੍ਹਾ ਜਿਹਾ ਪੜ੍ਹਿਆ ਭਾਈ ਗੁਰਦਾਸ ਜੀ ਦਾ, ਪਹਿਲਾਂ ਪਾਇਆ ਬਾਬੇ ਬਖਸ਼ ਦਰ, ਪਿੱਛੋਂ ਦੇ ਫਿਰ ਕਾਲ ਕਮਾਈ, ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰ ਸਿਉਂ ਬਣ ਆਈ। ਉਹਦਾ ਮਤਲਬ ਹੈ ਇੱਕ ਭਗਤੀ ਪਹਿਲੀ ਹੁੰਦੀ ਹੈ ਜਿਹੜਾ ਮਨੁੱਖ ਮਰਿਆਦਾ ਦੇ ਮੁਤਾਬਕ ਨਿਭਾਉਂਦਾ ਹੈ ਉਹ ਕਰ ਸਕਦਾ ਹੈ ਆਪ। ਉਸ ਭਗਤੀ ਦੇ ਵਿੱਚ ਇੰਨੀ ਸ਼ਕਤੀ ਨਹੀਂ ਵੀ ਉਹ ਨੀਂਦ ਭੁੱਖ ਨੂੰ ਪਾਰ ਲੰਘ ਜਾਏ। ਉਹ ਭਗਤੀ ਕਰਦਿਆਂ ਮਰਿਆਦਾ ਨਿਭਾਉਂਦਿਆਂ ਜਿੱਦਣ ਪਾਇਆ ਬਾਬੇ ਬਖਸ਼ ਦਰ, ਜਿੱਦਣ ਬਖਸ਼ਿਸ਼ ਹੋ ਜਾਂਦੀ ਹੈ ਉਹਦੇ ਤੋਂ ਬਾਅਦ ਦੂਸਰੀ ਭਗਤੀ ਸ਼ੁਰੂ ਹੁੰਦੀ ਹੈ, ਫਿਰ ਉੱਥੇ ਸਰੀਰ ਦਾ ਕੰਮ ਖਤਮ ਹੋ ਜਾਂਦਾ ਹੈ, ਸਰੀਰ ਤੋਂ ਅੱਗੇ ਚਲਾ ਗਿਆ। ਉਹ ਕੀਤੀ ਉਹਨਾਂ ਨੇ ਬੰਦਗੀ, ਬਖਸ਼ਿਸ਼ ਪ੍ਰਾਪਤ ਹੋਈ। ਰੇਤ ਅੱਕ ਆਹਾਰ ਕਰ ਰੋੜਾਂ ਕੀ ਗੁਰ ਕਰੀ ਵਿਛਾਈ, ਰੇਤ ਅਤੇ ਅੱਕ ਦਾ ਆਹਾਰ ਕੀਤਾ ਮਤਲਬ ਸਰੀਰ ਦੇ ਰਸ ਕਸ ਦੀ ਪਰਵਾਹ ਹੀ ਨਹੀਂ ਕੀਤੀ। ਫਿਰ ਜਾ ਕੇ ਕਿਤੇ ਚੋਲਾ ਰੰਗਿਆ ਗਿਆ, ਫਿਰ ਚੋਲਾ ਰੰਗਿਆ ਗਿਆ ਅਤੇ ਫਿਰ ਸਾਧੂ ਬਣੇ। ਸਾਧੂ ਬਣੇ, ਸਾਧੂ ਦੀ ਨਿਸ਼ਾਨੀ ਇਹ ਹੈ, ਸਾਧੂ ਦੀ ਨਿਸ਼ਾਨੀ ਇਹ ਤੁਹਾਨੂੰ ਖਿੱਚ ਪਾਏਗਾ, ਤੁਹਾਨੂੰ ਖਿੱਚੇਗਾ, ਤੁਸੀਂ ਬਚੋਗੇ ਨਹੀਂ ਉਹਦੀ ਖਿੱਚ ਤੋਂ ਕਦੀ, ਭਾਵੇਂ ਬੋਲੇ ਭਾਵੇਂ ਨਾ ਬੋਲੇ ਖਿੱਚ ਪਾਏਗਾ। ਇਸ ਕਰਕੇ ਸਤਿਗੁਰੂ ਨੇ ਬਚਨ ਕਰ ਦਿੱਤਾ ਹੈ, ਕਹਿੰਦੇ ਰੱਬ ਦੇ ਦੋ ਰੂਪ ਨੇ, ਇੱਕ ਨਿਰਗੁਣ ਅਤੇ ਇੱਕ ਸਰਗੁਣ, ਦੋਵੇਂ ਬੰਦੇ ਨੂੰ ਮੋਹਿਤ ਕਰਦੇ ਨੇ, ਆਪਣੇ ਵੱਲ ਖਿੱਚਦੇ ਨੇ। ਨਿਰਗੁਣ ਆਪ ਸਰਗੁਣ ਵੀ ਉਹੀ, ਕਲਾ ਧਾਰ ਜਿਨ ਸਗਲੀ ਮੋਹੀ, ਖਿੱਚ ਪਾਉਂਦਾ ਰੱਬ। ਜਿੱਦਣ ਰੱਬ ਦੇ ਨੇੜੇ ਮਨ ਜਾਂਦਾ ਹੈ ਉਹਦੀ ਨਿਸ਼ਾਨੀ ਇੱਕੋ ਬੰਦੇ ਨੂੰ ਆਪਣੇ ਵੱਲ ਖਿੱਚ ਲੈਂਦਾ ਹੈ, ਅਤੇ ਸਾਧੂ ਦੇ ਕੋਲ ਜਾਏਗਾ ਜੇ ਉੱਥੇ ਕੁਝ ਹੈ ਅਤੇ ਬੰਦੇ ਨੂੰ ਖਿੱਚ ਪਾਏਗਾ, ਉਹਦੀ ਨਿਸ਼ਾਨੀ ਇੱਕੋ ਸੱਚੇ ਪਾਤਸ਼ਾਹ ਨੇ ਕਹੀ, ਉਹਦੇ ਕੋਲੋਂ ਉੱਠਣ ਨੂੰ ਜੀ ਨਹੀਂ ਕਰੇਗਾ, ਸਭ ਤੋਂ ਵੱਡੀ ਨਿਸ਼ਾਨੀ। ਪਰ ਉਹਦੇ ਤੋਂ ਪਹਿਲੀ ਕੰਡੀਸ਼ਨ, ਚੋਲਾ ਰੰਗਿਆ ਗਿਆ, ਚੋਲਾ ਰੰਗਿਆ ਗਿਆ ਪਿਆਰ ਵਿੱਚ, ਦੁਨੀਆਂ ਦੇ ਰੰਗ ਸਾਰੇ ਲੈ ਗਏ, ਦੁਨੀਆਂ ਦਾ ਰੰਗ ਉੱਥੇ ਬਚੇ ਨਹੀਂ। ਇਸ ਕਰਕੇ ਆਓ ਪਿਆਰ ਨਾਲ ਉਹਨਾਂ ਦੇ ਜਿਨ੍ਹਾਂ ਦੇ ਚੋਲੇ ਰੰਗੇ ਗਏ ਨੇ ਉਹਨਾਂ ਦੇ ਪਿਆਰ ਦੇ ਵਿੱਚ ਇੱਕ ਸ਼ਬਦ ਪੜ੍ਹੀਏ, ਸਾਰਿਆਂ ਨੇ ਕਿਰਪਾ ਕਰਨੀ। ਜਿਨਕੇ ਚੋਲੇ ਰਤਣੇ ਪਿਆਰੇ, ਜਿਨਕੇ ਚੋਲੇ ਰਤਣੇ ਪਿਆਰੇ, ਜਿਨਕੇ ਚੋਲੇ ਜਿਨਕੇ ਚੋਲੇ ਰਤੜੇ ਪਿਆਰੇ, ਜਿਨਕੇ ਚੋਲੇ ਰਤੜੇ ਪਿਆਰੇ, ਜਿਨਕੇ ਕੰਤ ਤਿਨਾ ਕੈ ਪਾਸ, ਕੰਤ ਤਿਨਾ ਕੈ ਪਾਸ, ਕੰਤ ਤਿਨਾ ਕੈ ਜਿਨਕੇ ਚੋਲੇ ਰਤੜੇ ਪਿਆਰੇ, ਜਿਨਕੇ ਚੋਲੇ ਰਤੜੇ ਪਿਆਰੇ, ਜਿਨਕੇ ਚੋਲੇ ਧੂੜ ਤਿਨਾ ਕੀ ਜੇ ਮਿਲੈ, ਧੂੜ ਤਿਨਾ ਕੀ ਜੇ ਮਿਲੈ, ਧੂੜ ਤਿਨਾ ਕੀ ਧੂੜ ਤਿਨਾ ਕੀ ਜੇ ਮਿਲੈ ਜੀ, ਧੂੜ ਤਿਨਾ ਕੀ ਜੇ ਮਿਲੈ ਜੀ, ਧੂੜ ਤਿਨਾ ਕੀ ਕਹੋ ਨਾਨਕ ਕੀ ਅਰਦਾਸ, ਕਹੋ ਨਾਨਕ ਕੀ ਅਰਦਾਸ, ਕਹੋ ਨਾਨਕ ਕੰਤ ਤਿਨਾ ਕੈ ਪਾਸ, ਕੰਤ ਤਿਨਾ ਕੈ ਪਾਸ, ਕੰਤ ਤਿਨਾ ਕੈ ਪਾਸ,
ਕੰਤ ਦਾ ਮਤਲਬ ਪਤੀ ਪਰਮਾਤਮਾ ਤਿੰਨਾਂ ਕੈ ਪਾਸ ਜਿੱਥੇ ਹੋਣਗੇ ਉੱਥੇ ਨਾਲ ਹੋਵੇਗਾ, ਉਹ ਨੇੜੇ ਰਹਿੰਦਾ ਬਿਲਕੁਲ। ਇੱਥੋਂ ਤੱਕ ਮਹਾਰਾਜ ਨੇ ਕਿਹਾ ਕਿ ਭਲਕੇ ਉੱਠ ਪ੍ਰਾਹੁਣਾ ਮੇਰੇ ਘਰ ਆਓ। ਇੱਥੇ ਪ੍ਰਾਹੁਣੇ ਦਾ ਅਰਥ ਵੀ ਉਹ ਬਖਸ਼ਿਆ ਹੋਇਆ ਸਾਧੂ। ਸਿੱਖੀ ਦਾ ਕੋਈ ਕੰਸੈਪਟ ਹੈ? ਥੋੜ੍ਹਾ ਜਿਹਾ 5 ਮਿੰਟ, ਦੋ ਤਰੀਕੇ ਹੁੰਦੇ ਨੇ, ਇੱਕ ਰਸ ਲੈਣ ਵਾਲਾ ਵਿਚਾਰ ਹੁੰਦਾ, ਇੱਕ ਕੋਈ ਸਮਝਣ ਵਾਲਾ ਹੁੰਦਾ। ਉਹਦੇ 'ਤੇ ਵੀ ਥੋੜ੍ਹੀ ਜਿਹੀ ਵਿਚਾਰ ਕਰ ਲਈਏ। ਪਤਾ ਹੋਣਾ ਚਾਹੀਦਾ ਸਿੱਖੀ ਦਾ ਸਿਸਟਮ ਕੀ ਹੈ। ਅੱਜ ਕੱਲ੍ਹ ਭਰਮਾਉਣ ਵਾਲੇ ਬੜੇ ਨੇ ਅਤੇ ਉਹਨਾਂ ਦਾ ਅੱਜ ਕਈ ਵਾਰੀ ਕਿਸੇ ਦਾ ਗੁਨਾਹ ਵੀ ਨਹੀਂ ਹੁੰਦਾ, ਉਹਨਾਂ ਨੂੰ ਇਸ ਤਰੀਕੇ ਨਾਲ ਅਸੀਂ ਕਨਵੈਂਸ ਵੀ ਨਹੀਂ ਕਰਾ ਸਕਦੇ। ਮੈਂ ਕਈ ਵਾਰੀ ਬੇਨਤੀ ਕਰਿਆ ਕਰਨਾ, ਜਿਨ੍ਹਾਂ ਮਹਾਂਪੁਰਸ਼ਾਂ ਦੀ ਮੈਨੂੰ ਸੰਗਤ ਮਿਲੀ, ਸੰਤ ਬਾਬਾ ਸੁੱਚਾ ਸਿੰਘ ਜੀ, ਉਹ ਇੱਕ ਗੱਲ ਕਹਿੰਦੇ ਸੀ ਵੀ ਸੰਤ ਸਕੋਲਰ ਹੋਣਾ ਚਾਹੀਦਾ, ਯਾਨੀ ਕਿ ਅੰਦਰ ਵੀ ਕੁਝ ਹੋਵੇ, ਪਹਿਲਾਂ ਕਰਨੀ ਹੋਵੇ ਅਤੇ ਫਿਰ ਕਥਨੀ ਹੋਵੇ। ਉਹ ਕਥਨੀ ਸਵਾਰ ਦੀ ਕਿਸੇ ਦਾ ਕੁਝ। ਅੱਜ ਨੁਕਸ ਕੀ ਪਿਆ? ਅੱਜ ਅਸੀਂ ਸਿੱਖੀ ਦਾ ਸਕੂਲੀਕਰਨ ਕਰ ਦਿੱਤਾ। ਇਕੱਲਾ ਅਸੀਂ ਕਹਿ ਦਿੱਤਾ ਵੀ ਸਿੱਖੀ ਮੀਨ ਐਜੂਕੇਸ਼ਨ, ਇੱਕ ਵਿੱਦਿਆ। ਸਾਡਾ ਮਤਲਬ ਇਹ ਕਿ ਤੁਸੀਂ ਕੁਝ ਕੋਰਸ ਕਰੋ ਅਤੇ ਪੜ੍ਹੋ ਅਤੇ ਅੱਖਰ ਆ ਗਏ ਅਤੇ ਸਿੱਖ ਬਣ ਗਿਆ, ਇਹ ਗਲਤੀ ਹੋ ਗਈ। ਇਹ ਕੋਈ ਅਧਿਆਪਕ ਨਹੀਂ, ਕੋਈ ਟੀਚਰ ਨਹੀਂ ਇਕੱਲਾ। ਟੀਚਰ ਸਾਨੂੰ ਪੜ੍ਹਾ ਸਕਦਾ ਸਕੂਲ ਦੇ ਵਿੱਚ, ਉਹਨੇ ਸਾਨੂੰ ਗਿਆਨ ਦਿੱਤਾ। ਉਹ ਸਾਨੂੰ ਕਿਸੇ ਨੂੰ ਟੀਚਰ ਬਣਾ ਦੇਗਾ, ਕਿਸੇ ਨੂੰ ਪਾਇਲਟ ਬਣਾ ਦੇ, ਕਿਸੇ ਨੂੰ ਇੰਜੀਨੀਅਰ। ਪਰ ਸਿੱਖੀ, ਸਿੱਖੀ ਚੀਜ਼ ਦੇ ਸੰਬੰਧ ਵਿੱਚ ਕਿਹਾ ਗਿਆ ਇਹ ਦਾਨ ਹੈ। ਤੁਸੀਂ ਹੁਣੇ ਅਰਦਾਸ ਵਿੱਚ ਸਮਾਪਤੀ ਹੋਵੇਗੀ, ਕੁਝ ਚੀਜ਼ਾਂ ਦਾਨ ਕੀਤੀਆਂ ਜਾਂਦੀਆਂ ਨੇ ਸਿੱਖਾਂ ਨੂੰ। ਸਿੱਖੀ ਦਾਨ, ਦਾਨ ਕੀ ਹੁੰਦਾ ਹੈ? ਦਾਨ ਦਾ ਵਿੱਦਿਆ ਨਾਲ ਕੋਈ ਸੰਬੰਧ ਨਹੀਂ। ਹਾਂ, ਮੈਂ ਨਾਲ ਨਾਲ ਉਪੱਖ ਨਹੀਂ ਛੱਡਾਂਗਾ, ਵਿੱਦਿਆ ਦੀ ਸਿੱਖ ਨੂੰ ਬੜੀ ਲੋੜ ਹੈ। ਪਰ ਦਾਨ, ਦਾਨ ਦਾ ਸੰਬੰਧ ਕਿੱਥੇ ਵਿੱਦਿਆ ਦੇ ਨਾਲ? ਉਹ ਤਾਂ ਜਦੋਂ ਇੱਕ ਭਿਖਾਰੀ ਇਸ ਤਰ੍ਹਾਂ ਦੀ ਮੁਦਰਾ ਬਣਾ ਕੇ ਅੱਗੇ ਖਲੋ ਜਾਂਦਾ ਹੈ। ਮੁਦਰਾ ਸ਼ਬਦ ਤੁਸੀਂ ਸਮਝਦੇ ਹੋ? ਮੁਦਰਾ ਯੋਗੀਆਂ ਦੇ ਵਿੱਚ ਆਪਾਂ ਵੈਸੇ ਕਹਿ ਦਿੰਦੇ ਹਾਂ ਵੀ ਮੁੰਦਾ ਸੰਤੋਖ, ਵੀ ਉਹ ਕੰਨ ਵਿੱਚ ਮੁੰਦਰਾ ਪਾਉਂਦੇ ਸੀ। ਮੁਦਰਾ ਸ਼ਬਦ ਦੇ ਜਦੋਂ ਬਿੰਦੀ ਲਾ ਦਿਓ ਉਦੋਂ ਕੰਨ ਵਾਲੀਆਂ ਮੁੰਦਰਾਂ ਬਣ ਜਾਂਦੀਆਂ ਨੇ। ਜਦੋਂ ਬਿੰਦੀ ਲਾ ਦਿਓ ਉਹਦਾ ਅਰਥ ਉਹਦਾ ਉਚਾਰਨ ਹੈ ਮੁਦਰਾ। ਮੁਦਰਾ ਦਾ ਅਰਥ ਹੈ ਕਿਸੇ ਚੀਜ਼ ਨੂੰ ਫਿਲਮਾਉਣਾ, ਜੋ ਅੰਦਰ ਭਾਵੇਂ ਨਾਮ ਹੀ ਹੋਵੇ ਉਹਦੀ ਪੇਸ਼ਕਾਰੀ ਕਰਨੀ, ਮੁਦਰਾ ਬਣਾਉਣੀ। ਮੁਦਰਾ ਬਣਾਉਣੀ ਕਿਵੇਂ? ਜਿਵੇਂ ਬੱਚਾ ਬਾਹਰੋਂ ਆਇਆ ਸਕੂਲੋਂ ਅਤੇ ਮਾਂ ਬੜੀ ਕਿਸੇ ਗੱਲੋਂ ਦੁਖੀ ਸੀ, ਉਹਨੇ ਕਿਹਾ ਵਿਚਾਰਾ ਸਾਰੇ ਦਿਨ ਬਾਅਦ ਆਇਆ ਹੈ ਅਤੇ ਮੇਰੀਆਂ ਅੱਖਾਂ ਵਿੱਚ ਅੱਥਰੂ ਨੇ, ਅਤੇ ਮੈਨੂੰ ਆਉਂਦਿਆਂ ਸਾਰ ਰੋਂਦੀ ਨੂੰ ਵੇਖੇਗਾ ਅਤੇ ਕੀ ਆਖੇਗਾ ਮਾਂ ਰੋਂਦੀ ਹੈ। ਹੈ ਦੁਖੀ ਸੀ, ਪਰ ਬੱਚੇ ਦੀ ਆਉਣ ਤੋਂ ਪਹਿਲਾਂ ਅੱਖਾਂ 'ਤੇ ਕੱਪੜਾ ਮਾਰ ਕੇ ਉਹਨੂੰ ਝਟਪਟ ਹੱਸ ਕੇ ਮਿਲਦੀ ਹੈ। ਉਹ ਹੱਸਣ ਦੀ ਮੁਦਰਾ ਬਣਾਈ ਉਹਨੇ। ਮੁਦਰਾ ਬੜੀ ਵੱਡੀ ਚੀਜ਼ ਹੈ। ਠੀਕ ਹੈ, ਗੁਰਮਤ ਵਿੱਚ ਵਿਖਾਵੇ ਦਾ ਵਿਰੋਧ ਕੀਤਾ ਗਿਆ, ਪਰ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਹਰ ਇੱਕ ਕੰਮ ਵਾਸਤੇ ਤੂੰ ਮੁਦਰਾ ਬਣਾ ਲੈਂਦਾ, ਹਰ ਇੱਕ ਕੰਮ ਵਾਸਤੇ। ਬੱਚਾ ਆਇਆ ਕਹਿੰਦਾ ਇਹਨੂੰ ਦੁਖੀ ਹੋ ਕੇ ਨਹੀਂ ਵਿਖਾਉਣਾ, ਪਰ ਜਦੋਂ ਤੂੰ ਗੁਰੂ ਨੂੰ ਮਿਲਣਾ ਸਾਰਾ ਦੁੱਖ ਉਦੋਂ ਹੀ ਇਕੱਠਾ ਕਰ ਲੈਣਾ। ਪਾਠ ਕਰਨਾ ਅਤੇ ਮੂੰਹ ਏਡਾ ਭੈੜਾ ਬਣਾ ਲਿਆ, ਉਦੋਂ ਕਿਉਂ ਨਹੀਂ ਮੁਦਰਾ ਬਣਾਉਂਦਾ? ਜੇ ਨਹੀਂ ਵੀ ਤੇਰੇ ਕੋਲ ਖੁਸ਼ੀ ਪੈਦਾ ਕਰ, ਗੁਰੂ ਨੂੰ ਇੱਕ ਹਾਸਣ ਵਾਲਾ ਮੂੰਹ 'ਤੇ ਕਰਕੇ ਵਿਖਾ ਦੇ, ਸ਼ਾਇਦ ਗੁਰੂ ਨੂੰ ਤਰਸ ਆ ਜਾ, ਕਿਉਂਕਿ ਉਹ ਅੰਦਰੋਂ ਵੀ ਜਾਣਦਾ ਵੀ ਇਹਦੇ ਅੰਦਰ ਦੁੱਖ ਹੈ। ਉਹ ਮੁਦਰਾ ਹੈ। ਅਤੇ ਮੈਂ ਬੇਨਤੀ ਕਰ ਰਿਹਾ ਸਾਂ ਸਾਧ ਸੰਗਤ ਜੀ, ਕੁਝ ਚੀਜ਼ਾਂ ਇਹ ਜਿੱਦਣ ਕਥਨੀ ਅਤੇ ਕਰਨੀ ਇਕੱਠੀਆਂ ਹੋ ਜਾਣਗੀਆਂ। ਮੁਦਰਾ ਬਣਾਏਗਾ ਸਿੱਖ, ਵਿੱਦਿਆ ਦੀ ਲੋੜ ਹੈ। ਜਿੱਦਣ ਭਿਖਾਰੀ ਵਾਲੀ ਮੁਦਰਾ ਬਣੇਗੀ, ਭਾਵੇਂ ਅੰਦਰ ਹੈ ਕੁਝ, ਇਹ ਨਹੀਂ ਮੈਂ ਗੱਲ ਕਹਿ ਰਿਹਾ। ਭਿਖਾਰੀ ਨੂੰ ਦਾਨ ਕਿਹਨੂੰ ਕਰਨੇ ਆ? ਉਹਦੀ ਮੁਦਰਾ ਹੁੰਦੀ ਹੈ, ਉਹਦੀ ਵੇਸ਼ਭੂਸ਼ਾ ਹੁੰਦੀ ਹੈ, ਪੈਰਾਂ ਵਿੱਚ ਚੱਪਲ ਪੁਰਾਣੀ ਜਿਹੀ, ਕੱਪੜੇ ਪਾਟੇ ਹੋਏ, ਮੂੰਹ ਵਿਚਾਰੇ ਦਾ ਇਸ ਤਰ੍ਹਾਂ ਜਿਵੇਂ ਕਿੱਦਣ ਦਾ ਭੁੱਖਾ ਹੈ, ਜਦੋਂ ਦਰਵਾਜ਼ੇ ਅੱਗੇ ਆ ਕੇ ਖਲੋਤਾ ਅਤੇ ਭੀਖ ਵੀ ਹੌਲੀ ਹੌਲੀ ਬੋਲ ਕੇ ਮੰਗਦਾ ਹੈ, ਵੇਖ ਕੇ ਤਰਸ ਆ ਗਿਆ, ਵਿਚਾਰੇ ਨੇ ਰੋਟੀ ਪਤਾ ਨਹੀਂ ਕਿੱਦਣ ਦੀ ਖਾਧੀ, ਇਹਨੂੰ ਕੁਝ ਨਾ ਕੁਝ ਦੇਈਏ, ਭੁੱਖਾ ਲੱਗਦਾ ਹੈ। ਉਹ ਭਿਖਾਰੀ ਬਣਨ ਦਾ ਅਧਿਕਾਰੀ ਹੈ, ਪਾਤਰ ਹੈ ਉਹ।
ਪਰ ਜੇ ਕੋਈ ਬੰਦਾ ਪੈਂਟ ਕੋਟ ਪਾ ਕੇ ਟਾਈ ਸ਼ਾਈ ਲਾ ਕੇ ਅਤੇ ਮੁੱਛਾਂ ਖੜੀਆਂ ਕਰਕੇ ਦਰਵਾਜ਼ੇ ਦੇ ਅੱਗੇ ਖਲੋ ਕੇ ਪੰਜ ਛੇ ਮਾਰੇ ਮੁੱਕੇ ਦਰਵਾਜ਼ੇ ਨੂੰ, ਉਹ ਖੋਲ੍ਹ ਦਰਵਾਜ਼ਾ ਦੇ ਭੀਖ ਮੈਨੂੰ, ਉਹਨੇ ਕਹਿਣਾ ਵੀ ਤੂੰ ਡੀ ਐੱਸ ਪੀ ਹੈ ਕਿ ਭਿਖਾਰੀ ਹੈ, ਖੂਨ ਆਇਆ ਕਿ ਮੰਗਣ ਆਇਆ। ਭਿਖਾਰੀ ਬਣਨਾ ਬਹੁਤ ਔਖਾ ਹੈ। ਭਿਖਾਰੀ ਦੀ ਮੁਦਰਾ ਦੇ ਵਿੱਚ ਗੁਰੂ ਨੂੰ ਸਿੱਖ 'ਤੇ ਤਰਸ ਆਉਂਦਾ ਹੈ, ਅਤੇ ਤਰਸ ਤੋਂ ਬਾਅਦ ਮਿਹਰ ਹੁੰਦੀ ਹੈ, ਅਤੇ ਮਿਹਰ ਤੋਂ ਬਾਅਦ ਮਿਲਾਪ ਹੁੰਦਾ ਹੈ। ਤਰਸ ਪਿਆ, ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਜਿੰਨਾ ਚਿਰ ਤਰਸ ਨਾ ਗੁਰੂ ਨੂੰ ਆਏ, ਅਤੇ ਤਰਸ ਉਦਣ ਆਏਗਾ ਜਿੱਦਣ ਸਿੱਖ ਦੇ ਲਾਚਾਰਗੀ ਵੇਖੇਗਾ ਗੁਰੂ, ਵੀ ਲਾਚਾਰ ਹੋ ਗਿਆ ਵਿਚਾਰਾ, ਕਿੰਨੇ ਚਿਰ ਦਾ ਲੱਗਾ ਹੈ, ਜ਼ੋਰ ਵੀ ਲਾਉਂਦਾ ਹੈ, ਬਣਦਾ ਇਹਦੇ ਤੋਂ ਕੁਝ ਨਹੀਂ। ਭਿਖਾਰੀ ਦੀ ਮੁਦਰਾ ਆ ਗਈ, ਭੀਖ ਮੰਗਦਾ ਹੈ। ਇਸ ਕਰਕੇ ਸਿੱਖੀ ਦਾਨ ਹੈ, ਸਿੱਖੀ ਮਿਹਨਤ ਦਾ, ਮੈਂ ਇਹ ਨਹੀਂ ਕਹਾਂਗਾ ਸਿੱਖੀ ਮਿਹਨਤ ਨਹੀਂ ਹੈ, ਹੁਣ ਇਹ ਵਿਸ਼ੇ ਵੱਖਰੇ ਨੇ। ਅੱਜ ਕੱਲ੍ਹ ਹੁਣ ਕਹਿੰਦੇ ਨੇ, ਇੱਕ ਗੱਲ ਕਹਿੰਦੇ ਹੋ, ਇੱਕ ਹੀ ਕਹੋ, ਉਹ ਭਾਈ ਇਹ ਕੰਮ ਬੜਾ ਬਹੁਤ ਖਿਲਾਰੇ ਵਾਲਾ ਕੰਮ, ਇਹਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਇੱਕ ਕੰਮ ਇੱਧਰ ਆ ਇਕੱਲੀ ਸਿੱਖ ਰਹਿਮਤ ਹੀ ਹੁੰਦੀ ਹੈ, ਨਾਲ ਮਿਹਨਤ ਵੀ ਕਰਨੀ ਪੈਂਦੀ ਹੈ। ਤਾਂ ਇਸ ਤਰ੍ਹਾਂ ਭਿਖਾਰੀ ਦੀ ਮੁਦਰਾ ਜਿਨ੍ਹਾਂ ਨੇ ਬਣਾਈ ਹੈ, ਸਿੱਖੀ ਦਾਨ ਹੈ, ਅਤੇ ਦਾਨ ਸਿੱਖੀ ਇੱਕ ਸਰੀਰ ਤੋਂ ਦੂਜੇ ਸਰੀਰ ਵਿੱਚ ਪਾਸ ਹੁੰਦੀ ਹੈ। ਮੈਂ ਬੇਨਤੀ ਕਰਦੇ ਹਾਂ, ਸਿੱਖੀ ਸ਼ਬਦ ਦਾ ਅਤੇ ਸੰਤ ਦਾ ਸੁਮੇਲ ਹੈ। ਸੰਤ ਕਿਹਨੂੰ ਕਿਹਾ? ਸੰਤ ਕਿਹਾ ਹੈ, ਗੁਰੂ ਗ੍ਰੰਥ ਸਾਹਿਬ ਜੀ ਦਾ ਤੁਰਨਾ ਫਿਰਨਾ ਉਹ ਸਾਧੂ ਹੈ। ਜਦੋਂ ਸੰਤ ਸੂਖਸ਼ਮ ਹੁੰਦਾ ਹੈ ਉਹ ਗੁਰਬਾਣੀ ਹੁੰਦਾ ਹੈ, ਜਦੋਂ ਗੁਰਬਾਣੀ ਅਸਥੂਲ ਹੁੰਦੀ ਹੈ ਗੁਰਬਾਣੀ ਸੰਤ ਬਣ ਜਾਂਦੀ ਹੈ। ਇੱਥੇ ਭੁਲੇਖਾ ਪੈ ਗਿਆ ਸਾਡੇ ਮਿਸ਼ਨਰੀ ਪ੍ਰਚਾਰਕਾਂ ਨੂੰ, ਉਹ ਕਹਿੰਦੇ ਗੁਰੂ ਗ੍ਰੰਥ ਸਾਹਿਬ ਹੀ ਸੰਤ ਹੁੰਦਾ ਹੈ। ਉਹ ਭਾਈ ਗੁਰੂ ਗ੍ਰੰਥ ਸਾਹਿਬ ਸੰਤ ਹੁੰਦਾ ਪਰ ਜਦੋਂ ਕਿਸੇ ਸਰੀਰ ਨਾਲ ਅਟੈਚਮੈਂਟ ਕਰਦਾ ਉਦੋਂ ਸੰਤ ਹੁੰਦਾ, ਉਹਦੇ ਨਾਲ ਸੰਬੰਧਿਤ ਹੁੰਦਾ। ਇੱਥੇ ਭੁਲੇਖਾ ਪੈ ਗਿਆ, ਪਤਾ ਨਹੀਂ ਲੱਗਾ, ਸੋਝੀ ਨਹੀਂ ਆਈ। ਤਾਂ ਸਿੱਖੀ ਦਾ ਮੂਲ ਸਿਧਾਂਤ ਸ਼ਬਦ ਹੈ, ਪਰ ਸ਼ਬਦ ਦਾ ਜਿਹੜਾ ਪ੍ਰਸਾਰ ਹੈ ਨਾ, ਪ੍ਰਸਾਰ ਸਾਧ ਸੰਗਤ ਦੁਆਰਾ ਹੁੰਦਾ ਹੈ। ਸ਼ਬਦ ਦਾ ਪ੍ਰਸਾਰ ਸਾਧ ਸੰਗਤ ਦੁਆਰਾ ਹੋਣਾ ਹੈ। ਇਹ ਦੀਵੇ ਤੋਂ ਦੀਵਾ ਜਗਣਾ ਹੈ, ਇਹ ਕੋਈ ਵਿੱਦਿਆ ਨਹੀਂ ਇਕੱਲੀ, ਵਿੱਦਿਆ ਤਾਂ ਸੁਕਾ ਦਿੰਦੀ ਹੈ। ਗੁਰੂ ਸਾਹਿਬ ਦਾ ਪਿੱਛੇ ਵਿਚਾਰ ਹੋਈ ਸੀ, ਕੱਲ੍ਹ ਪਰਸੋਂ ਦੀ ਗੱਲ ਹੈ, ਕਿ ਗੁਰੂ ਸਾਹਿਬ ਦਾ, ਗੁਰੂ ਨਾਨਕ ਦੇਵ ਜੀ ਦਾ ਤਿੰਨ ਤਰ੍ਹਾਂ ਦੇ ਲੋਕਾਂ ਦੇ ਨਾਲ ਵਿਵਾਦ ਹੋਇਆ ਹੈ, ਇੱਕ ਤਰ੍ਹਾਂ ਦੇ ਲੋਕਾਂ ਨਾਲ ਸੰਵਾਦ ਹੋਇਆ ਹੈ। ਵਿਵਾਦ ਦਾ ਮਤਲਬ ਵੈਸੇ ਵਿਵਾਦ ਨਹੀਂ ਸਨ ਕਰਦੇ, ਯਾਨੀ ਕਿ ਥੋੜ੍ਹਾ ਜਿਹਾ ਵਿਰੋਧ ਤਾਂ ਹੋਇਆ ਹੀ ਨਾ, ਬਲੀ ਕੰਧਾਰੀ ਹੈ, ਦੂਜਾ ਤੀਜਾ ਵਿਰੋਧ ਤਾਂ ਹੋਇਆ ਹੀ। ਕਿਹਨਾਂ ਨਾਲ ਹੋਇਆ ਹੈ? ਇੱਕ ਤਾਂ ਗੁਰੂ ਸਾਹਿਬ ਨੇ ਵਿਵਾਦ ਕੀਤਾ ਜਿਹੜਾ ਬੰਦਾ ਬਹੁਤਾ ਮਾਇਆ ਵਿੱਚ ਡਿੱਗਿਆ ਸੀ, ਜਿਵੇਂ ਮਲਕ ਭਾਗੋ ਸੀ ਜਾਂ ਦੁਣੀ ਚੰਦ ਸੀ। ਮੈਂ ਮੋਟੀ ਗੱਲ ਕਰਾਂ, ਟਾਈਮ ਵਿੱਚ ਸਮਾਪਤੀ ਕਰਨੀ। ਇੱਕ ਜਿਹੜਾ ਸਰਮਾਏਦਾਰ ਰੱਬ ਤੋਂ ਟੁੱਟਾ ਹੋਇਆ, ਦੂਜਾ ਨਹੀਂ, ਉਹਨਾਂ ਨਾਲ ਵਿਰੋਧ ਹੋਇਆ। ਇੱਕ ਵਿਰੋਧ ਹੋਇਆ ਕਿ ਜਿਹੜੇ ਸਿੱਧ ਆਦਿਕ ਸਮਾਧੀਆਂ ਲਾ ਕੇ ਅਤੇ ਰਿੱਧੀਆਂ ਸਿੱਧੀਆਂ ਇਕੱਠੀਆਂ ਕਰਦੇ ਸੀ ਅਤੇ ਵਰ ਸ਼ਰਾਬ ਦਾ ਧੰਦਾ ਚਲਾਉਂਦੇ ਸੀ, ਇੱਕ ਉਹਨਾਂ ਨਾਲ ਵਿਰੋਧ ਹੋਇਆ ਵੀ ਆਹ ਧਰਮ ਨਹੀਂ, ਇਹ ਧਰਮ ਦਾ ਇੱਕ ਹਿੱਸਾ ਹੈ ਤਾਕਤ ਜਿਹੜੀ ਹੈ, ਤੁਸੀਂ ਇਸ ਤਾਕਤ ਦੇ ਨਾਲ ਲੋਕਾਂ ਦੇ ਜੀਵਨ ਜਿਹੜੇ ਨੇ ਚੇਂਜ ਕਰਨੇ ਸਨ, ਤੁਸੀਂ ਇਹਦੇ ਨਾਲ ਆਪਣੀ ਪੂਜਾ ਕਰਾਉਣ ਲੱਗ ਪਏ। ਇੱਕ ਉਹਨਾਂ ਨਾਲ ਵਿਰੋਧ ਹੋਇਆ, ਕਿੰਨੇ ਨੇ, ਹਮਜਾ ਗੌਂਸ, ਬਲੀ ਕੰਧਾਰੀ, ਕਿੰਨੇ ਲੋਕ ਆਏ। ਇੱਕ ਤੀਜੀ ਤਰ੍ਹਾਂ ਦੇ ਲੋਕਾਂ ਨਾਲ ਵਿਰੋਧ ਹੋਇਆ, ਜਿਹੜੇ ਪੰਡਿਤ ਸਨ, ਜਿਹੜੇ ਪੜ੍ਹੇ ਹੋਏ ਸਨ, ਜਿਹੜੇ ਕਹਿੰਦੇ ਸਨ ਅੱਖਰੀ ਗਿਆਨ ਸਭ ਕੁਝ। ਇਹ ਤਿੰਨਾਂ ਤਰ੍ਹਾਂ ਦੇ ਲੋਕਾਂ ਨਾਲ ਵਿਰੋਧ ਹੋਇਆ, ਅਤੇ ਚੌਥੀ ਤਰ੍ਹਾਂ ਦੇ ਲੋਕਾਂ ਨਾਲ ਸੰਵਾਦ ਹੋਇਆ, ਮਿਲਾਪ ਹੋਇਆ। ਉਹਨਾਂ ਨੂੰ ਮਹਾਰਾਜ ਨੇ ਕਿਹਾ ਗੁਰਮੁਖ, ਗੁਰਮੁਖ ਖੋਜਤ ਭਏ ਉਦਾਸੀ। ਗੁਰਮੁਖ ਕੌਣ ਸੀ? ਜਿਹੜਾ ਰਹਿੰਦਾ ਮਾਇਆ ਵਿੱਚ ਸੀ, ਮਾਇਆ ਤੋਂ ਵੱਖਰਾ ਰਹਿੰਦਾ ਸੀ। ਜਿਹੜਾ ਰਹਿੰਦਾ ਰਿੱਧੀਆਂ ਸਿੱਧੀਆਂ ਵਿੱਚ ਸੀ, ਰਿੱਧੀਆਂ ਸਿੱਧੀਆਂ ਤੋਂ ਵੱਖਰਾ ਰਹਿੰਦਾ ਸੀ। ਜਿਹੜਾ ਰਹਿੰਦਾ ਵਿੱਦਿਆ ਵਿੱਚ ਸੀ ਅਤੇ ਵਿੱਦਿਆ ਤੋਂ ਕਿਸੇ ਵੱਖਰੇ ਥਾਂ 'ਤੇ ਰਹਿੰਦਾ ਸੀ, ਉਹ ਗੁਰਮੁਖ ਸੀ। ਉਹਦੇ ਨਾਲ ਉਹ ਬਣਾਇਆ ਮਹਾਰਾਜ ਨੇ, ਤਿੰਨਾਂ ਦਾ ਸੁਮੇਲ ਕਰ ਦਿੱਤਾ, ਇਕੱਠਾ ਕਰ ਦਿੱਤਾ। ਤਾਂ ਇਸ ਕਰਕੇ ਸਿੱਖੀ ਦਾ ਜਿਹੜਾ ਸਿਸਟਮ ਹੈ, ਉਹ 10 ਪਾਤਸ਼ਾਹੀਆਂ ਅਤੇ ਗੁਰੂ ਗ੍ਰੰਥ ਸਾਹਿਬ ਇੱਥੋਂ ਸ਼ੁਰੂ ਹੋਇਆ ਹੈ।
ਸਭ ਤੋਂ ਪਹਿਲਾਂ ਸਾਨੂੰ ਮੰਨਣਾ ਚਾਹੀਦਾ ਸੁਪਰ ਪਾਵਰ ਇਜ ਗੁਰੂ ਗ੍ਰੰਥ ਸਾਹਿਬ ਮਹਾਰਾਜ। ਸ਼ਬਦ ਹੀ ਪ੍ਰਧਾਨ ਹੈ, ਸ਼ਬਦ ਹੀ ਵਿਅਕਤੀ ਸਿਰਫ ਵਕਤੀ ਹੈ। ਵਿਅਕਤੀ ਦਾ ਮਤਲਬ ਸਰੀਰ, ਅੰਦਰਲਾ ਨਹੀਂ, ਉਹ ਸਦਾ ਹੈ, ਉਹ ਸ਼ਬਦ ਰੂਪ ਹੈ। ਸਾਧ ਸੰਗਤ ਜੀ, ਸ਼ਬਦ ਪ੍ਰਧਾਨ ਹੈ ਅਤੇ ਸ਼ਬਦ ਦੀ ਤਾਬਿਆ ਦੇ ਵਿੱਚ ਨਾਮ ਦੇਣ ਦੀ ਦਾਤ ਸ਼ਕਤੀ ਜਿਹੜੀ ਪੰਜ ਪਿਆਰਿਆਂ ਨੂੰ ਦਿੱਤੀ, ਇਹ ਸਿਸਟਮ ਬਣਾਇਆ ਨਾ ਕੌਮ ਚਲਾਉਣੀ। ਪੰਜ ਪਿਆਰਿਆਂ ਤੋਂ ਬਿਨਾਂ ਸਿੱਖੀ ਵਿੱਚ ਨਾਮ ਦੀ ਦਾਤ ਨਹੀਂ ਕੋਈ ਦੇ ਸਕਦਾ। ਪਰ ਉਹ ਜਿਹੜਾ ਨਾਮ ਹੁਣ ਡਰਿੱਲ ਕੀਤਾ ਪੰਜ ਪਿਆਰਿਆਂ ਨੇ ਅਤੇ ਸਿਰਫ ਨਾਮ ਦੇ ਦਿੱਤਾ ਹੈ, ਉਹਨਾਂ 'ਤੇ ਇੱਕ ਦਿਨ ਅੰਮ੍ਰਿਤ ਛਕਾਉਣਾ ਹੈ। ਹੁਣ ਉਹ ਜਿਹਨੂੰ ਨਾਮ ਦਿੱਤਾ ਹੈ ਉਹਦੀ ਗਾਈਡਨੈਂਸ ਕੌਣ ਕਰੇਗਾ, ਉਹਦੇ ਨਾਲ ਗੱਲ ਕੌਣ ਕਰੇਗਾ? ਉਹਦੇ ਵਾਸਤੇ ਉਹ ਮਨੁੱਖ ਚਾਹੀਦਾ ਹੈ, ਉਹ ਸਰੀਰ ਚਾਹੀਦਾ ਹੈ ਜਿਹਨੇ ਪਹਿਲਾਂ ਕਮਾਈ ਕਰਕੇ ਗੁਰੂ ਗ੍ਰੰਥ ਸਾਹਿਬ ਤੱਕ ਪਹੁੰਚ ਕਰ ਲਈਏ। ਸ਼ਬਦ ਜਿਹਦੇ ਵਿੱਚੋਂ ਪ੍ਰਗਟ ਹੋ ਰਿਹਾ ਉਹਦੀ ਹੁਣ ਸੰਗਤ ਦੀ ਲੋੜ ਹੈ, ਉਹਨੂੰ ਸਾਧੂ ਕਿਹਾ। ਸਾਫ ਕੰਸੈਪਟ ਨੇ ਗੁਰਮੁਖ ਦੇ, ਸਾਧੂ ਦੇ ਕੰਸੈਪਟ ਬਿਲਕੁਲ ਕਲੀਅਰ ਨੇ, ਕੋਈ ਦੁਬਧਾ ਨਹੀਂ, ਕੋਈ ਦੋਏ ਰਾਏ ਨਹੀਂ। ਪਰ ਹੁਣ ਅੱਜ ਫਰਕ ਇਹ ਪੈ ਗਿਆ ਵੀ ਇਹਦੇ ਉੱਤੇ ਅਸੀਂ ਕਦੀ ਵਿਚਾਰ ਗੋਸ਼ਟੀਆਂ ਨਹੀਂ ਕਰਦੇ ਵੀ ਸਾਧੂ ਕੌਣ ਹੁੰਦਾ ਹੈ, ਗੁਰੂ ਕੌਣ ਹੁੰਦਾ ਹੈ, ਭਾਵੇਂ ਕਿ ਇਹ ਸਾਰੇ ਇੱਕੋ ਹੀ ਚੀਜ਼ ਨੇ। ਜਿਵੇਂ ਆਪਾਂ ਕਹਿ ਸਕਦੇ ਹਾਂ ਸੂਰਜ ਅਤੇ ਉਹਦੀਆਂ ਕਿਰਨਾਂ ਅਤੇ ਧੁੱਪ ਵੱਖਰੇ ਨਹੀਂ, ਪਰ ਉਹਨਾਂ ਦੀਆਂ ਵੱਖਰੀਆਂ ਕੈਟਾਗਰੀਸ ਜ਼ਰੂਰ ਹਨ, ਵੱਖਰੀਆਂ। ਤਾਂ ਇਸ ਤਰ੍ਹਾਂ ਸਾਧੂ ਦੀ ਸੰਗਤ ਦੇ ਵਿੱਚੋਂ ਨੇੜਤਾ ਮਿਲਦੀ ਹੈ, ਕੋਲ ਆਉਂਦਾ ਬਿਲਕੁਲ, ਅਤੇ ਉਹਦੀ ਇੱਕ ਨਿਸ਼ਾਨੀ ਹੈ, ਉਹਦੇ ਕੋਲ ਬੈਠਿਆਂ ਪਰਮਾਤਮਾ ਚੇਤੇ ਆਏਗਾ। ਅੱਜ ਵੀ ਉਹਨਾਂ ਦੀ ਯਾਦ ਵਿੱਚ ਬੈਠੇ ਹਾਂ, ਅੱਜ ਵੀ ਅੰਦਰ ਉਹ ਰੌਂ ਚੱਲ ਰਹੀ ਹੈ ਜਿਹੜੇ ਸਰੀਰ ਜਾਗਦੇ ਨੇ। ਉਹ ਰੌਂ ਕਿਤੇ ਗਈ ਨਹੀਂ, ਗਈ ਨਹੀਂ, ਕਿਉਂਕਿ ਮਹਾਰਾਜ ਕਹਿੰਦੇ ਉਹ ਸਦਾ ਨੇ। ਸਰੀਰ ਦੀ ਗੱਲ ਵੱਖਰੀ ਹੋ ਗਈ। ਨਾਨਕ ਕੱਚੜਿਆਂ ਸਿਉਂ ਤੋੜ, ਢੂੰਡ ਸੱਜਣ ਸੰਤ ਪੱਕਿਆਂ, ਓਏ ਜੀਵੰਦੇ ਵਿਛੜੈ ਓਏ ਮੋਇਆ ਨਾ ਜਾਈ ਛੋੜ। ਇਹਦੇ ਕੀ ਅਰਥ ਕਰੋਗੇ ਮੋਇਆ ਨਾ ਜਾਈ ਛੋੜ? ਇਹਦਾ ਮਤਲਬ ਚਲੇ ਥੋੜ੍ਹੀ ਗਏ ਨੇ, ਉਹ ਤਾਂ ਸਾਡਾ ਪੱਧਰ ਹੈ, ਅਸੀਂ ਖੜ੍ਹੇ ਕਿੱਥੇ ਕਰਕੇ ਹਾਂ? ਭਾਈ ਗੁਰਦਾਸ ਸਾਹਿਬ ਜੀ ਨੇ ਉਦਾਹਰਨਾਂ ਦਿੱਤੀਆਂ ਨੇ, ਉਹ ਕਹਿੰਦੇ ਨੇ ਮਜੀਠ ਨੂੰ ਭਾਵੇਂ ਤੁਸੀਂ ਕਿੰਨਾ ਉਬਾਲ ਦਿਓ, ਮਜੀਠ ਜਿਹਦਾ ਰੰਗ ਪੱਕਾ ਹੁੰਦਾ, ਮਜੀਠ ਨੂੰ ਕਿੰਨਾ ਉਬਾਲ ਦਿਓ ਅਤੇ ਕੱਪੜਾ ਵਿੱਚ ਪਾਓ, ਮਜੀਠ ਦਾ ਰੰਗ ਕੱਪੜੇ ਨੂੰ ਚੜ੍ਹ ਜਾਏਗਾ, ਕੱਪੜਾ ਪਾਟ ਜਾਏਗਾ, ਪਰ ਮਜੀਠ ਕੱਪੜੇ ਦਾ ਸੰਗ ਨਹੀਂ ਛੱਡੇਗੀ, ਉਹਦੇ ਨਾਲ ਹੀ ਰਹੇਗੀ। ਸਾਧੂ ਇਹ ਹੈ, ਸਾਧੂ ਨੇ ਜਿਸ ਬੰਦੇ ਦੀ ਬਾਂਹ ਫੜ ਲਈ, ਸਾਧ ਸੰਗਤ ਜੀ, ਜਿੰਨਾ ਚਿਰ ਮੁਕਤ ਨਹੀਂ ਹੁੰਦਾ ਬਾਂਹ ਨਹੀਂ ਛੱਡਦਾ ਉਹਦੀ, ਭਾਵੇਂ ਕਈ ਜਨਮ ਲੱਗ ਜਾਣ। ਇਹ ਸਾਧੂ ਦੀ ਨਿਸ਼ਾਨੀ ਪੂਰੇ ਦੀ ਹੈ। ਵੈਸੇ ਚਲੋ ਕਲਾਸ ਹੋ ਸਕਦੀ ਬੰਦਾ ਕਿਹੜੇ ਸਟੈਪ 'ਤੇ ਖੜ੍ਹਾ, ਮੈਂ ਕਿਸੇ ਨੂੰ ਇਹ ਨਾਂ ਨਹੀਂ ਕਰਦਾ ਵੀ ਸਾਧੂ ਨਹੀਂ ਹੁੰਦਾ, ਪਰ ਸਾਧੂ ਦੀ ਆਪਣੀ ਥਾਂ ਹੈ। ਉਹ ਮਜੀਠ ਵਰਗਾ ਹੈ, ਉਹ ਜਿਹੜੇ ਕੱਪੜੇ ਨੂੰ ਉਹਨੇ ਫੜ ਲਿਆ ਉਹਦੀ ਬਾਂਹ ਨਹੀਂ ਛੱਡਦਾ ਫਿਰ। ਓਏ ਜੀਵੰਦੇ ਵਿਛੜੈ ਓਏ ਮੋਇਆ ਨਾ ਜਾਈ ਛੋੜ, ਕਿੰਨੇ ਕਿੰਨੇ ਗੁਣ ਨੇ ਸਾਧੂ ਦੇ। ਗੰਨੇ ਵਰਗਾ ਕਿਹਾ, ਗੰਨੇ ਨੂੰ ਪਹਿਲਾਂ ਵੱਢ ਦਿੱਤਾ, ਫਿਰ ਟੁਕੜੇ ਕਰ ਦਿੱਤਾ, ਫਿਰ ਉਹਨੂੰ ਪੀੜ ਦਿੱਤਾ ਉਹਦੇ ਵਿੱਚ ਵੇਲਣੇ ਦੇ, ਫਿਰ ਕੜਾਹੇ ਵਿੱਚ ਪਾ ਕੇ ਉਬਾਲ ਦਿੱਤਾ, ਫਿਰ ਗੁੜ ਬਣਾ ਦਿੱਤਾ, ਇੰਨਾ ਕੁਝ ਕੀਤਾ। ਅਤੇ ਜਦੋਂ ਖਾਣ ਵਾਲੇ ਨੇ ਸੋਚਿਆ ਵੀ ਇਹਦੇ ਨਾਲ ਬੁਰੀ ਬਣੀ ਹੈ, ਸ਼ਾਇਦ ਇਹਦਾ ਮਿੱਠਾ ਘੱਟ ਜਾਏਗਾ, ਜਦੋਂ ਗੁੜ ਮੂੰਹ ਵਿੱਚ ਪਾਇਆ ਉਹਨੇ ਕਿਹਾ ਅਤੇ ਗੰਨੇ ਨਾਲੋਂ ਵੀ ਜ਼ਿਆਦਾ ਮਿੱਠਾ ਹੋ ਗਿਆ। ਸਾਧੂ ਉਹਨੂੰ ਕਹਿੰਦੇ ਨੇ। ਉਹ ਜ਼ਿੰਦਗੀ ਦੀਆਂ ਜਿੰਨੀਆਂ ਮਰਜ਼ੀ ਉਥਲ ਪੁਥਲ ਦੇ ਵਿੱਚੋਂ ਗੁਜ਼ਰੇ, ਉਹਦੇ ਵਿੱਚ ਸੰਤਤਾਈ ਨਹੀਂ ਘਟਦੀ, ਦਿਨੋਂ ਦਿਨ ਵੱਧਦੀ ਜਾਂਦੀ ਹੈ। ਉਹ ਪਰਉਪਕਾਰੀ ਨੇ, ਉਹਨਾਂ ਦਾ ਜੀਵਨ ਹਮੇਸ਼ਾ ਪਰਉਪਕਾਰੀ ਹੁੰਦਾ। ਆਓ ਸਮੇਂ ਵਿੱਚ ਰਹੀਏ। ਇੱਕ ਸ਼ਬਦ, ਕਿਉਂਕਿ ਉਹਨਾਂ ਦੀਆਂ ਸ਼ਬਦ ਪੜ੍ਹਦੇ ਸੀ, ਧਾਰਨਾਵਾਂ ਪੜ੍ਹਦੇ ਸੀ, ਅਤੇ ਇੱਕ ਵਾਜੇ ਦੇ ਉੱਤੇ ਸਿਰਫ ਉਂਗਲ ਰੱਖਦੇ ਸੀ ਅਤੇ ਲੋਕਾਂ ਦੇ ਮਨ ਟਿਕਣੇ ਸ਼ੁਰੂ ਹੋ ਜਾਂਦੇ ਸਨ। ਉਹ ਸੰਗੀਤ ਸੀ ਉਹਨਾਂ ਦੇ, ਉਹ ਜਿਹੜੀ ਪਹਿਲਾਂ ਵਜਾਉਂਦੇ ਸੀ। ਅਕਾਲੀ ਮੈਨੂੰ ਕਿਸੇ ਗੁਰਮੁਖ ਨੇ ਸਪੇਸ ਦੇ ਵਿੱਚ ਜਿਹੜੇ 9 ਗ੍ਰਹਿ ਘੁੰਮ ਰਹੇ ਨੇ ਉਹਨਾਂ ਦਾ ਸਾਊਂਡ ਸੁਣਾਇਆ। ਸਾਇੰਸ ਵਾਲਿਆਂ ਨੇ ਕੈਚ ਕਰ ਲਿਆ ਕਿ ਜਦੋਂ ਉਹ ਘੁੰਮਦੇ ਨੇ 7-9 ਗ੍ਰਹਿ ਜਿਹੜੇ, ਅਤੇ ਉਹਨਾਂ ਦੀ ਇੱਕ ਆਵਾਜ਼ ਆਉਂਦੀ ਖਾਸ ਤਰ੍ਹਾਂ ਦੀ, ਵੱਖਰੀ ਵੱਖਰੀ ਹੈ। ਸਾਧ ਸੰਗਤ ਜੀ, ਉਹ 9 ਆਵਾਜ਼ਾਂ ਜਿਹੜੀਆਂ ਨੇ ਸੰਗੀਤ ਨਾਲ ਮਿਲਦੀਆਂ ਨੇ ਸਾਰੀਆਂ, ਸੰਗੀਤ ਦੇ ਨਾਲ ਸਾਂਝ। ਇਸ ਕਰਕੇ ਮਹਾਰਾਜ ਨੇ ਰਾਗ ਨੂੰ ਵੀ ਪ੍ਰਧਾਨਤਾ ਦਿੱਤੀ। ਆਓ ਸਾਰੇ ਪੜ੍ਹ ਕੇ ਇੱਕ ਵਾਰੀ ਸਮਾਪਤੀ ਕਰੀਏ। ਜਨ ਭਰ ਉਪਕਾਰੀ ਆਏ,
ਜਨ ਪਰ ਉਪਕਾਰੀ ਆਏ ਜਨ ਪਰ ਉਪਕਾਰੀ ਜਨ ਪਰ ਉਪਕਾਰੀ ਆਏ ਜਨ ਪਰ ਉਪਕਾਰੀ ਆਏ ਜਨ ਪਰ ਉਪ ਜੀ ਦਾਨ ਦੇ ਭਗਤੀ ਲਾਇਨ ਜੀ ਦਾਨ ਦੇ ਭਗਤੀ ਲਾਇਨ ਜੀ ਦਾਨ ਦੇ ਹਰ ਸਿਉ ਲੈਣ ਮਿਲਾਏ ਹਰ ਸਿਉ ਲੈਣ ਮਿਲਾਏ ਹਰ ਸਿਉ ਹਰ ਸਿਉ ਲੈਣ ਮਿਲਾਏ ਹਰ ਸਿਉ ਲੈਣ ਮਿਲਾਏ ਹਰ ਸਿਉ ਜਨ ਪਰ ਉਪਕਾਰੀ ਆਏ ਜਨ ਪਰ ਉਪਕਾਰੀ ਆਏ ਜਨ ਪਰ ਉਪ ਉਹਨਾਂ ਦਾ ਆਉਣਾ ਜਾਣਾ ਇੱਕੋ ਜਿਹਾ ਹੀ ਹੈ ਇਹ ਸਾਡੀਆਂ ਨਜ਼ਰਾਂ ਵਿੱਚ ਹੈ ਨਾ ਕਿਛ ਆਏ ਵੋ ਨਾ ਕਿਛ ਜਾਏ ਵੋ ਰਾਮ ਕੀ ਦੁਹਾਈ ਪਰ ਸੰਸਾਰੀ ਵਿੱਦਿਆ ਵਿੱਚ ਇਹ ਸਭ ਕੁਝ ਮਰਿਆਦਾ ਦੇ ਅਨੁਸਾਰ ਚੱਲਦਾ ਸੋ ਉਹਨਾਂ ਦੀ ਮਹਾਨ ਕਮਾਈ ਨੂੰ ਨਮਸਕਾਰ ਹੈ ਇਹ ਅਸਥਾਨ ਸਿੱਖ ਪੰਥ ਦਾ ਬਹੁਤ ਮਹਾਨ ਅਸਥਾਨ ਹੈ ਜਿੱਥੋਂ ਸੈਂਕੜਿਆਂ ਦੀ ਗਿਣਤੀ ਵਿੱਚ ਉਹਨਾਂ ਦੇ ਰਾਹੀਂ ਵਰਸਾਏ ਗਏ ਜਿਨ੍ਹਾਂ ਵਿੱਚ ਸ਼ਬਦ ਕਲਾ ਵਰਤੀ ਹੈ ਆਪ ਉਹਨਾਂ ਨੇ ਕਮਾਈ ਕੀਤੀ ਔਰ ਹੁਣ ਇਸ ਅਸਥਾਨ ਦੀ ਸੇਵਾ ਬਾਬਾ ਬਲਜਿੰਦਰ ਸਿੰਘ ਜੀ ਉਹ ਬੜੇ ਸੁਚੱਜੇ ਢੰਗ ਨਾਲ ਕਰ ਰਹੇ ਨੇ ਔਰ ਉਹਨਾਂ ਨੇ ਬਹੁਤ ਕੰਮ ਵੀ ਕੀਤਾ ਹੈ ਉਹਨਾਂ ਨੇ ਈਸ਼ਰ ਮਾਈਕਰੋ ਮੀਡੀਆ ਉਹਦੇ ਉੱਤੇ ਬੜੀ ਮਿਹਨਤ ਕੀਤੀ ਇਹ ਜ਼ਰੂਰੀ ਨੇ ਚੀਜ਼ਾਂ ਅੱਜ ਕੱਲ੍ਹ ਅੱਜ ਸੰਸਾਰ ਜਿਹੜਾ ਅੱਗੇ ਵਿੱਦਿਆ ਵਿੱਚ ਜਾ ਰਿਹਾ ਔਰ ਭਾਈ ਰਣਧੀਰ ਸਿੰਘ ਜੀ ਇਹਨਾਂ ਨੇ ਦਾਸ ਨੂੰ ਹੁਕਮ ਕੀਤਾ ਸੀ ਅਲੋਰਾ ਸਾਹਿਬ ਉੱਥੇ ਬਾਬਾ ਕਸ਼ਮੀਰਾ ਸਿੰਘ ਜੀ ਉਹਨਾਂ ਨਾਲ ਦਾਸ ਦਾ ਸ਼ੁਰੂ ਤੋਂ ਹੀ ਤਕਰੀਬਨ ਬੜੇ ਹੀ ਸਾਲਾਂ ਦਾ ਨਿੱਜੀ ਘਰੇਲੂ ਪ੍ਰੇਮ ਹੈ ਤਾਂ ਉਹਨਾਂ ਨੇ ਕਿਹਾ ਵੀ ਉੱਥੇ ਦਰਸ਼ਨ ਕਰਨੇ ਹਨ ਸੰਗਤ ਦੇ ਸਾਰਿਆਂ ਦਾ ਬਹੁਤ ਬਹੁਤ ਆਪ ਜੀ ਦਾ ਧੰਨਵਾਦ ਹੈ ਸਤਿਗੁਰਾਂ ਦੀ ਮਹਿਮਾ ਬਹੁਤ ਵੱਡੀ ਹੈ ਉਹਨਾਂ ਦੀ ਪਿਆਰਿਆਂ ਦੀ ਮਹਿਮਾ ਬਹੁਤ ਮਹਾਨ ਹੈ ਕਹਿੰਦਿਆਂ ਕਈ ਵਾਰੀ ਗੱਲਾਂ ਅਸੀਂ ਅੱਖਰਾਂ ਦੇ ਆਧਾਰ 'ਤੇ ਬੋਲਦੇ ਹਾਂ ਪਰ ਉਸ ਅਗਲੀ ਦੁਨੀਆ ਵਿੱਚ ਉਹ ਮੇਚੇ ਦੇ ਨਹੀਂ ਹੁੰਦੇ ਸੋ ਆਪ ਜੀ ਨੇ ਖਿਮਾ ਕਰਨਾ ਜੀ ਹੁਣ ਇੱਕ ਸਤਿਗੁਰਾਂ ਨੇ ਜੋ ਹੁਕਮ ਸੰਗਤ ਦਾ ਸੀ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਕਥਾ ਕਰੋ ਉਹ ਸ਼ੁਰੂ ਕੀਤੀ ਹੋਈ ਲੁਧਿਆਣੇ ਵਿੱਚ ਲੜੀਵਾਰ ਉੱਥੇ ਸਥਾਨ ਬਣਿਆ ਉਹ ਤਾਂ ਉਹ ਮੇਰੇ ਖਿਆਲ ਵਿੱਚ ਤਿੰਨ ਰਾਗ ਹੋ ਚੁੱਕੇ ਨੇ ਰਾਗ ਸ੍ਰੀ ਰਾਗ ਪਹਿਲੇ ਜਪਜੀ ਸਾਹਿਬ ਰਹਿਰਾ ਸਾਹਿਬ ਦੇ ਸ਼ਬਦ ਸੋਹਿਲਾ ਸਾਹਿਬ ਦੇ ਸ਼ਬਦ ਸ੍ਰੀ ਰਾਗ ਗੌੜੀ ਰਾਗ ਆਸਾ ਰਾਗ ਇਹ ਰਾਗ ਇਹ ਜਿਹੜੇ ਵੀ ਆਉਂਦੇ ਹਨ ਵਿੱਚ ਮੈਨੂੰ ਪੂਰਾ ਯਾਦ ਨਹੀਂ ਉਹ ਹੁਣ ਆਪਣੇ ਮਹਾਂਪੁਰਸ਼ ਉਹ ਆਪ ਜੀ ਦੇ ਸਾਹਮਣੇ ਲਿਆਉਣਗੇ ਉਹਨਾਂ ਨੂੰ ਤੁਸੀਂ ਪ੍ਰਾਪਤ ਕਰ ਸਕਦੇ ਹੋ ਇੰਟਰਨੈਟ ਦੇ ਰਾਹੀਂ ਜਿੱਥੋਂ ਵੀ ਉਹ ਤੁਸੀਂ ਪਤਾ ਕਰ ਸਕਦੇ ਹੋ ਮਿਲ ਸਕਦੇ ਕਿਉਂਕਿ ਲੜੀਵਾਰ ਕਥਾ ਜਿਹੜੀ ਹੈ ਉਹ ਵੀਡੀਓ ਦੇ ਵਿੱਚ ਜਾਂ ਆਡੀਓ ਦੇ ਪੂਰੀ ਤਰ੍ਹਾਂ ਸਾਫ਼ ਭਰੀ ਜਾਏ ਇਸ ਕਰਕੇ ਉਦਮ ਕੀਤਾ ਗਿਆ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ